ਥਾਣੇ ਦੇ ਬਾਹਰੋਂ ਵੀ ਨਹੀਂ ਛੱਡਿਆ ਚੋਰਾਂ ਨੇ ਮੋਟਰਸਾਈਕਲ। ਵੇਖੋ ਕਿਵੇਂ ਪੱਤਰਕਾਰ ਦੀ ਹੀ ਬਾਈਕ ਕਰ ਲਈ ਚੋਰੀ, ਪੁਲਿਸ ਨੂੰ ਵੀ ਨਹੀਂ ਲੱਗਿਆ ਪਤਾ। ਤਾਂ ਦੱਸ ਦੇ ਕਿ ਹੁਣ ਥਾਣਿਆਂ ਦੇ ਬਾਹਰ ਵੀ ਤੁਹਾਡੇ ਵਹੀਕਲ ਸੇਫ ਨਹੀਂ ਹੈ, ਕਿਉਂਕਿ ਚੋਰਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ। ਵੱਡੀ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਵੱਲੋਂ ਜੋ ਬਾਈਕ ਚੋਰੀ ਕੀਤੀ ਗਈ ਸੀ ਉਹ ਕਿਸੇ ਪੱਤਰਕਾਰ ਦੀ ਸੀ, ਜੋ ਕਿ ਥਾਣੇ ਦੇ ਵਿੱਚ ਕਿਸੇ ਕੰਮ ਨੂੰ ਲੈ ਕੇ ਆਉਂਦਾ, ਪਰ ਜਦੋਂ ਉਹ ਬਾਹਰ ਆਉਂਦਾ ਹੈ ਤਾਂ ਉਸਦੀ ਬਾਈਕ ਚੋਰੀ ਹੋ ਚੁੱਕੀ ਹੁੰਦੀ ਹੈ। ਤਾਂ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਸ਼ਨੀਵਾਰ ਨੂੰ ਇਹ ਪੱਤਰਕਾਰ ਜੋ ਕਿ ਕਿਸੇ ਕੰਮ ਨੂੰ ਲੈ ਕੇ ਥਾਣੇ ਦੇ ਵਿੱਚ ਆਉਂਦਾ ਤਾਂ ਉਸਦਾ ਮੋਟਰਸਾਈਕਲ ਚੋਰ ਬੜੀ ਹੁਸ਼ਿਆਰੀ ਦੇ ਨਾਲ ਮਾਸਟਰ ਚਾਬੀ ਲਗਾ ਕੇ ਚੁੱਕਦੇ ਨੇ ਅਤੇ ਫਿਰ ਫਰਾਰ ਹੋ ਜਾਂਦੇ ਨੇ। ਅਤੇ ਇਸ ਨੌਜਵਾਨ ਨੇ ਆਪਣਾ ਬਾਈਕ ਥਾਣੇ ਦੇ ਬਾਹਰ ਖੜ੍ਹਾ ਕੀਤਾ ਸੀ, ਤਾਂ ਜਿਵੇਂ ਹੀ ਉਹ ਬਾਹਰ ਆਉਂਦਾ ਹੈ ਤਾਂ ਉਸਦਾ ਮੋਟਰਸਾਈਕਲ ਮੌਕੇ 'ਤੇ ਮੌਜੂਦ ਨਹੀਂ ਹੁੰਦਾ। ਜਿਸ ਤੋਂ ਬਾਅਦ ਜਦ CCTV ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਨੇ ਅਤੇ ਮਾਸਟਰ ਕੀ ਨਾਲ ਉਸਦੀ ਬਾਈਕ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਦੀ ਗੱਲ ਕਹੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਥਾਣੇ ਦੇ ਵਿੱਚ ਉਕਤ ਨੌਜਵਾਨ ਇਨਸਾਫ ਦੇ ਲਈ ਗਿਆ ਸੀ ਉੱਥੇ ਹੀ ਬਾਹਰ ਤੋਂ ਇਸ ਮੋਟਰਸਾਈਕਲ ਦਾ ਚੋਰੀ ਹੋ ਜਾਣਾ ਕਿਤੇ ਨਾ ਕਿਤੇ ਪੁਲਿਸ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮੇਰਾ ਨਾਮ ਪਵਨ ਸਿੱਧੂ ਹੈ ਜੀ। ਮੇਰਾ ਬਾਈਕ ਪਿਛਲੇ ਸ਼ਨੀਵਾਰ ਰਾਤ 8 ਵਜੇ ਇਸ ਡਿਵੀਜ਼ਨ ਨੰਬਰ 7 ਦੇ ਬਾਹਰੋਂ ਚੋਰੀ ਹੋਇਆ। ਮੈਂ ਕਿਸੇ ਕੰਮ ਦੇ ਲਈ ਇੱਥੇ ਆਇਆ ਸੀ। 8 ਵਜੇ ਜਦੋਂ ਮੈਂ ਆਇਆ ਬਾਈਕ ਲਾਇਆ ਇੱਥੇ, ਤਾਂ ਜਦੋਂ ਮੈਂ 8:30 ਨਿਕਲਦਾ ਤਾਂ ਦੇਖਿਆ ਕਿ ਮੇਰਾ ਬਾਈਕ ਇੱਥੇ ਨਹੀਂ ਹੈਗਾ। ਅਤੇ ਮੈਂ ਕਾਫੀ ਮੈਡਮ ਨੂੰ ਰਿਕੁਐਸਟ ਕੀਤੀ, ACP ਮੈਡਮ ਨੂੰ, SHO ਨੂੰ, ਕਿ ਵੀਡੀਓ ਜਿਹੜੀ ਦਿਖਾਈ ਜਾਵੇ। ਚਲੋ ਵੀਡੀਓ ਤਾਂ ਇਹਨਾਂ ਨੇ ਦੂਸਰੇ ਦਿਨ ਦਿਖਾਤੀ, ਪਰ ਉਹ ਵੀਡੀਓ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਉਤਰਦਾ ਬਾਈਕ ਲੈ ਕੇ ਫਰਾਰ ਹੋ ਗਿਆ। ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ, ਕਿਉਂਕਿ ਜਦੋਂ SHO ਸਾਹਿਬ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਵੀਡੀਓ ਵਾਇਰਲ ਨਾ ਕਰਿਓ, ਕਿਉਂਕਿ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਇਆ, ਵੀਡੀਓ ਨਹੀਂ ਵਾਇਰਲ ਕੀਤੀ, ਕਿਉਂਕਿ ਮੈਂ ਕਿਹਾ ਚਲੋ 1 ਦਿਨ 'ਚ ਲੱਭ ਦੇਣਗੇ, 2 ਦਿਨ 'ਚ ਲੱਭ ਦੇਣਗੇ। ਔਰ ਅੱਜ ਇਸ ਗੱਲ ਨੂੰ ਤਕਰੀਬਨ 8 ਦਿਨ ਹੋ ਚੁੱਕੇ ਹੈ। ਇਹੀ ਗੱਲ ਆਖੀ ਜਾਂਦੀ ਹੈ ਕਿ ਤੁਹਾਡਾ ਮੋਟਰਸਾਈਕਲ 2 ਦਿਨਾਂ ਦੇ ਵਿੱਚ ਲੱਭ ਦਾਂਗੇ, 100% ਲੱਭ ਦੇਵਾਂਗੇ, ਪਰ ਬਾਈਕ ਦਾ ਹਲੇ ਕੋਈ ਵੀ ਪਤਾ ਨਹੀਂ ਹੈ। ਜਦੋਂ ਵੀ ਗੱਲ ਕਰਦੇ ਹਾਂ ਤਾਂ ਇਹੀ ਗੱਲ ਆਖੀ ਜਾਂਦੀ ਹੈ ਕਿ ਬਾਈਕ ਤੁਹਾਡਾ ਮਿਲ ਜਾਏਗਾ। ਤਾਂ ਲੱਗਦਾ ਵੀ ਥਾਣੇ ਵਾਲਿਆਂ ਨੂੰ ਬੜੀ ਸ਼ਰਮਨਾਸ ਗੱਲ ਹੈ ਵੀ ਇੱਕ ਥਾਣੇ ਤੋਂ ਬਾਹਰ ਲੋਕ ਇਨਸਾਫ ਲੈਣ ਆਉਂਦੇ ਆ, ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਗਈ। ਬਿਲਕੁਲ ਜੀ, ਜੇ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਹਾਂ, ਥਾਣੇ ਦੇ ਅੰਦਰ ਸੇਫ ਨਹੀਂ ਹਾਂ, ਤਾਂ ਅਸੀਂ ਗਲੀ ਮੁਹੱਲਿਆਂ ਦੇ ਵਿੱਚ ਕੀ ਸੇਫ ਹੋਵਾਂਗੇ? ਜੇ ਗਲੀ ਮੁਹੱਲਿਆਂ ਦੇ ਵਿੱਚ ਚੋਰੀ ਹੁੰਦੀ ਹੈ, ਜੇ ਥਾਣੇ ਦੇ ਬਾਹਰ ਚੋਰੀ ਹੁੰਦੀ ਹੈ, ਥਾਣੇ ਦੇ ਬਾਹਰ ਜੇ ਚੋਰੀ ਹੋ ਗਈ, ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ। ਸਿੱਧੇ ਤੌਰ 'ਤੇ ਚੋਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਹਾਂ, ਜੇ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ। 8 ਦਿਨ ਹੋ ਗਏ, ਹਾਲੇ ਤੱਕ ਫੜੇ ਨਹੀਂ ਗਏ ਚੋਰ। ਜਿਹੜਾ ਬਾਈਕ 'ਤੇ ਆਏ ਸੀ ਬੰਦੇ, ਬਾਈਕ 'ਤੇ ਆਏ ਸੀ ਚੋਰੀ ਕਰਨੇ ਜਾਂ ਪੈਦਲ ਆਏ ਸੀ? ਨਹੀਂ ਬਿਲਕੁਲ, ਇੱਕ ਬਾਈਕ 'ਤੇ 2 ਨੌਜਵਾਨ ਆਏ ਨੇ। ਇੱਕ ਨੌਜਵਾਨ ਸੀਗਾ, ਪਿੱਛੇ ਸਰਦਾਰ ਮੁੰਡਾ ਸੀਗਾ, ਇੱਕ ਮੋਨਾ ਸੀਗਾ। ਪਿੱਛੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਤਰਿਆ, ਉਹਨੇ ਬੜੇ ਆਰਾਮ ਦੇ ਨਾਲ ਚਾਬੀ ਲਾਈ ਆ, ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ, ਜਿਹਦੀ ਵੀਡੀਓ ਵੀ ਸਾਹਮਣੇ ਆਈ ਹੈ CCTV ਵੀਡੀਓ। ਕਿੰਨੇ ਸੈਕਿੰਡ ਦੇ ਵਿੱਚ ਉਹਨਾਂ ਨੇ ਟਾਰਗੇਟ ਬਣਾਇਆ? ਬਿਲਕੁਲ ਜੀ, 2 ਸੈਕਿੰਡ ਲੱਗੇ ਨੇ, ਚਾਬੀ ਲਾਈ, ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। 8 ਦਿਨ ਹੋ ਗਏ, ਮੈਨੂੰ ਇਹੀ ਗੱਲ ਬਾਰ ਬਾਰ, ਮੈਂ ਗੇੜੇ ਮਾਰਦਾ ਪਿਆ ਵੀ ਮੇਰੇ ਮੋਟਰਸਾਈਕਲ ਦਾ ਕੁਝ ਪਤਾ ਲੱਗਿਆ। FIR ਦਰਜ ਹੋਈ ਹੈ, FIR ਦਰਜ ਹੋਣ ਦਾ ਮਤਲਬ ਇਹ ਥੋੜ੍ਹੀ ਹੈ ਕਿ FIR ਦਰਜ ਹੋ ਗਈ, ਸਾਰਾ ਕੁਝ ਹੋ ਗਿਆ। ਬਾਈਕ ਮੈਂ 2.5 ਮਹੀਨੇ ਕਿਸ਼ਤਾਂ ਦਿੱਤਾ, ਮਾਫ਼ ਕਰਨਾ, 2.5 ਸਾਲ ਕਿਸ਼ਤਾਂ ਦਿੱਤੀਆਂ ਨੇ। 1-1 ਰੁਪਈਆ ਜੋੜ ਕੇ ਬੰਦਾ ਆਪਣੀ ਚੀਜ਼ ਜੋੜਦਾ ਹੈ, ਸਾਡੇ ਲਈ ਤਾਂ ਬਹੁਤ ਕੁਛ ਹੈ। ਮੋਟਰਸਾਈਕਲ ਲੈ ਕੇ 2 ਮਿੰਟ ਦੇ ਵਿੱਚ ਫਰਾਰ ਹੋ ਗਏ, ਕੋਈ ਕਾ FIR ਦਰਜ ਹੋ ਗਈ, ਸਭ ਕੁਝ ਹੋ ਗਿਆ, ਮੋਟਰਸਾਈਕਲ ਹਾਲੇ ਤੱਕ ਨਹੀਂ ਪਤਾ ਲੱਗਿਆ। ਇਹੀ ਗੱਲ ਆਖੀ ਜਾਂਦੀ ਹੈ, ਅਸੀਂ ਬੰਦੇ ਜਿਹੜੇ ਟਰੇਸ ਕਰ ਲਏ, ਜੇ ਬੰਦੇ ਟਰੇਸ ਕਰ ਲਿਆ, ਬੰਦੇ ਲਿਆਓ ਤਾਂ ਸਹੀ। ਲੱਗਦਾ ਵੀ ਅੱਜ ਦੇ ਟਾਈਮ 'ਚ ਮੋਟਰਸਾਈਕਲ ਖਰੀਦਣਾ ਬਹੁਤ ਮਹਿੰਗਾ। ਬਿਲਕੁਲ ਹੈ ਜੀ, ਆਮ ਬੰਦੇ ਲਈ ਉਹ ਸਪਲੈਂਡਰ ਦੀ ਜੇ ਆਪਾਂ ਗੱਲ ਕਰੀਏ, 1.5 ਲੱਖ ਦਾ ਮੋਟਰਸਾਈਕਲ, 1.5 ਲੱਖ ਦਾ ਮੋਟਰਸਾਈਕਲ ਪੈਂਦਾ, ਜੋ ਕਿ 2 ਮਿੰਟ ਦੇ ਵਿੱਚ ਲੈ ਕੇ ਫਰਾਰ ਹੋ ਗਏ। ਕਾਫੀ ਰੋ ਕੇ ਚੀਕਾਂ ਮਾਰ ਕੇ ਤੁਸੀਂ ਕਹਿ ਰਹੇ ਹੋ ਮੇਰੀ ਜੇ ਮੋਟਰਸਾਈਕਲ ਲੱਖ ਤੋਂ ਲੱਖ ਉੱਪਰ ਲੱਭਿਆ ਇਹਨਾਂ ਨੇ। ਦੇਖੋ ਇਹ ਇਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਕਿ ਅਸੀਂ ਟੀਮਾਂ ਬਣਾਈਆਂ ਨੇ, ਵੱਖ ਵੱਖ ਟੀਮਾਂ ਬਣਾਈਆਂ ਨੇ, ਅਤੇ ਮੋਟਰਸਾਈਕਲ ਲੱਭ ਦਾਂਗੇ, ਬੰਦੇ ਟਰੇਸ ਹੋ ਗਏ ਆ, ਪਰ ਬੰਦੇ ਟਰੇਸ ਹੋ ਗਏ, ਬੰਦੇ ਹਾਲੇ ਤੱਕ ਆਏ ਨਹੀਂ ਹੈਗੇ। ਅੱਜ 8 ਦਿਨ ਹੋ ਗਏ, ਉਮੀਦ ਹੈਗੀ ਮਿਲ ਜੂਗਾ? 8 ਦਿਨ ਹੈਗੇ, ਅਸੀਂ ਤਾਂ ਉਮੀਦ ਹੀ ਲਾ ਸਕਦੇ ਹਾਂ ਜੀ, ਅਸੀਂ ਤਾਂ ਉਮੀਦ ਹੀ ਲਾ ਸਕਦੇ ਮੋਟਰਸਾਈਕਲ ਮਿਲ ਜਾਏਗਾ।
ਹੁਣ ਦੇਖਣਾ ਇਹ ਹੋਵੇਗਾ ਮਿਲਦਾ ਜਾਂ ਨਹੀਂ ਮਿਲਦਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਜੀ ਇਹ ਜਿਹੜਾ ਇੰਸੀਡੈਂਟ ਹੋਇਆ ਸੀ ਥੋੜ੍ਹੇ ਦਿਨ ਪਹਿਲਾਂ ਦਾ, ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ, ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ, ਉਹਦੀ ਵੀ ਤਫਤੀਸ਼ ਚੱਲ ਰਹੀ ਹੈ ਜੀ, ਜਿੱਦਾਂ ਹੀ ਕੁਛ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ। ਥਾਣੇ ਦੇ ਬਾਹਰ ਕੈਮਰਾਜ਼ ਲੱਗੇ ਹੋਏ ਨੇ, ਕੈਮਰਾਜ਼ ਨੂੰ ਵੈਰੀਫਾਈ ਕਰਕੇ ਬੰਦੇ ਦੀਆਂ ਸ਼ਕਲਾਂ ਸਾਨੂੰ ਪਤਾ ਲੱਗ ਗਈਆਂ ਨੇ ਅਤੇ ਉਹਨਾਂ ਪਿੱਛੇ ਅਸੀਂ ਲੱਗੇ ਹੋਏ ਹਾਂ ਜੀ।